ਘੋੜੇ ਦੇ ਮੂਹਰੇ ਹਿਣਕਦਾ ਆ ਕਿਹੜਾ ਨੀ, ਕੱਲਾ ਆ ਗੱਭਰੂ ਤੇ ਕੱਲਾ ਬਥੇਰਾ ਨੀ। ਸੋ ਹੇ ਗਾਇਸ, ਕੀ ਹਾਲ ਚਾਲ ਹੈ? ਸਭ ਤੋਂ ਪਹਿਲੀ ਸਾਰੇ ਵਧੀਆ ਹੋਵੋਗੇ। ਅਰਜਨ ਢਿੱਲੋਂ ਹੌਟ ਸ਼ਿਟ ਗਾਣਾ ਹਲਕਾ ਜਿਹਾ ਸੁਣਾਇਆ ਅਰਜਨ ਨੇ, ਅੱਜ ਉਹਦਾ ਰਿਐਕਟ ਕਰਦੇ ਹਾਂ ਕਿਉਂਕਿ ਵੇਟ ਨਹੀਂ ਬਈ, ਵੇਟ ਖਾਲੀ ਖਤਰਨਾਕ ਚੀਜ਼ ਆ। ਆ ਜਾਓ ਇੱਕ ਤਾਂ ਹਲਕੀ ਜਿਹੀ ਕਿੱਕ ਜਿਹੜੀ ਆ ਨਾ ਸੈਚੂਰੇਟ ਕਰਕੇ ਬਹੁਤ ਉਹਨੂੰ ਹੈਵੀ ਕਰਨ ਦੀ ਕੋਸ਼ਿਸ਼ ਕੀਤੀ ਆ, ਠੀਕ ਹੈ। ਅਤੇ ਵਾਕਈ ਵਾਕਈ ਲਾਈਕ ਦਿਸ ਇਜ਼ ਨੋਟ ਅ ਬੀਟ ਜੋ ਟਿਪੀਕਲੀ ਆਪਾਂ ਮਰਸੀ ਤੋਂ ਸੁਣਦੇ ਹਾਂ। ਕਿੰਨਾ ਸੋਹਣਾ ਉਹ ਕੀਤਾ ਨਾ ਲੋਡ ਜਾਵੇ ਨਾਈਨ ਮੈਗ ਲਈ ਫਿਰਦਾ ਜਿਹੜਾ ਕਿਤੇ ਸ਼ਾਨ ਨਹੀਂ ਪਾਵੇ ਨਾ ਸੁਣਾ ਦੁਗਰੀ ਵਾਲਾ ਤੇ ਉਹ ਪੋਸਟ ਮਲੌਨ ਸਰਾਵੇ ਦੋਸਤ ਦੇ ਫੁੱਲ ਵਰਗੀ ਦੇ ਵਰਗੀ ਫੁੱਲ ਵਰਗੀ ਦਿਨੋ ਦਿਨ ਹੀ ਗੁਲਾਬੀ ਹੁੰਦੀ ਜਾਵੇ ਪੋਸਟ ਦੇ ਫੁੱਲ। ਤੁਸੀਂ ਸਕ੍ਰੈਚ ਦੇਖ ਰਹੇ ਥੱਲੇ ਯਾਰ, ਕਿੰਨੇ ਸੋਹਣੇ ਐਲੀਮੈਂਟਸ ਚੱਲ ਰਹੇ ਹੈ ਨਾ। ਫੁੱਲ ਵਰਗੀ ਦਿਨੋ ਦਿਨ ਹੀ ਗੁਲਾਬੀ ਹੁੰਦੀ ਜਾਵੇ ਪੋਸਟ ਦੇ ਫੁੱਲ ਵਰਗੀ ਫੁੱਲ ਵਰਗੀ ਦਿਨੋ ਦਿਨ ਹੀ ਗੁਲਾਬੀ ਹੁੰਦੀ ਜਾਵੇ ਪੋਸਟ ਦੇ ਫੁੱਲ ਵਰਗੀ। ਯਾ ਬੇਬੀ ਨਾਈਸ ਯਾਰ, ਨਾਈਸ, ਬਹੁਤ ਵਧੀਆ ਚੀਜ਼, ਸਵਾਦ ਆ ਗਿਆ। ਮਤਲਬ ਇਹ ਇੱਦਾਂ ਦੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਹੈਵੀ ਚੀਜ਼ਾਂ ਹੁੰਦੀਆਂ ਨੇ, ਇਹ ਇੱਕੋ ਵਾਰ 'ਚ ਪਸੰਦ ਆ ਜਾਂਦੀਆਂ ਕਿਉਂਕਿ ਇਹ ਗਾਣਾ, ਇੱਕ ਤਾਂ ਗਾਣਾ ਦਾ ਨਾਮ ਹੀ ਹੌਟ ਸ਼ਿਟ, ਲਾਈਕ ਸਿਰੇ ਵਾਲੀ ਚੀਜ਼ ਹੈ ਨਾ, ਅਤੇ ਇਹ ਚੀਜ਼ ਤਾਂ ਪਸੰਦ ਆਉਣੀ ਲਾਜ਼ਮੀ ਹੈਗਾ ਜੀ। ਅਰਜਨ ਦਾ ਨਾ ਇੱਕ ਚੀਜ਼ ਹੈਗਾ, ਅਰਜਨ ਦਾ ਇੱਕ ਤਾਂ ਮੇਰੇ ਹਿਸਾਬ ਨਾਲ ਅੱਜ ਤੱਕ ਕੋਈ ਗਾਣਾ ਫਲੋਪ ਨਹੀਂ, ਸਾਰਾ ਕੁਝ ਉਹਦਾ ਵਧੀਆ, ਹਿੱਟ ਬਹੁਤ ਸੋਹਣਾ ਚੱਲ ਰਿਹਾ। ਲਾਈਕ ਇੱਕ ਜਿੰਨੀ ਕੁ ਇਨਸਾਨ ਦੀ ਵਧੀਆ ਤਰੀਕੇ ਨਾਲ ਗਰੋਥ ਹੋਣੀ ਚਾਹੀਦੀ ਹੈ, ਬਹੁਤ ਸੋਹਣੀ ਆ ਹੋ ਰਹੀ ਆ ਅਰਜਨ ਬਾਈ ਦੀ। ਬਾਕੀ ਬਾਈ ਦਾ ਸੁਭਾਅ ਵਧੀਆ, ਬਾਈ ਦੀ ਲਿਖਤ ਵਧੀਆ, ਅਤੇ ਹਰ ਤਰੀਕੇ ਦਾ ਟੋਪਿਕ, ਹਰ ਤਰੀਕੇ ਦਾ ਟੋਪਿਕ ਲਾਈਕ ਹਿਸਟਰੀ, ਸਿੱਖੀ, ਚੱਕਵੇਂ, ਸ਼ਰਾਬ, ਹਰ ਚੀਜ਼, ਪੂਰਾ ਫੰਕਸ਼ਨ ਵੀ ਹੈ ਨਾ, ਜਵਾਨੀ ਹਰ ਚੀਜ਼ ਦੀ ਗੱਲ ਕਰਦਾ, ਇਸੇ ਕਰਕੇ ਬੰਦਾ ਚੱਲ ਰਿਹਾ ਜਵਾਨੀ। ਇਸੇ ਕਰਕੇ ਅਰਜਨ ਦੇ ਹਿਸਟਰੀ ਵਾਲੇ ਗਾਣੇ ਵੀ ਸੁਣਦੀ ਆ ਕਿਉਂਕਿ ਉਹਦੇ 'ਚ ਵੀ ਅਰਜਨ ਕਿਤੇ ਨਾ ਕਿਤੇ ਹਿਸਟਰੀ ਦੇ ਜਿਹੜੇ ਜਵਾਨ ਸੀਗੇ ਉਹਨਾਂ ਦੀ ਗੱਲ ਕਰਦਾ। ਸਤਿ ਸ਼੍ਰੀ ਅਕਾਲ।